ਕਾਫੀ ਮੋਮਿਨ ਜਮਾ ਉਹ ਸਲਵਾਤ ਦਾ ਪੜ੍ਹਨਾ ਅਜ਼ੀਮ ਇਬਾਦਤ ਹੈ, ਸਾਰੇ ਮੋਮਿਨ ਇਬਾਦਤ ਹੀ ਸ਼ਾਮਿਲ ਹੋ ਚਵਾ ਨਾਲ ਸਲਵਾਤ ਪੜ੍ਹੋ। ਨਾਰੇ ਤਕਬੀਰ ਉਹ ਚਵਾ ਨਾਲ, ਨਾਰੇ ਤਕਬੀਰ, ਨਾਰੇ ਰਿਸਾਲਤ, ਨਾਰੇ ਰਿਸਾਲਤ, ਨਾਰੇ ਹੈਦਰੀ, ਸਲਵਾਤ ਸਾਰੇ ਮੋਮਿਨ ਬਾ ਜਮਾਤ ਉੱਚੇ ਆਵਾਜ਼ ਨਾਲ ਪੜ੍ਹੋ। ਹਾਜ਼ਰੀ ਬਹੁਤ ਹੀ ਜ਼ਰੂਰੀ ਆਈ ਮੇਰੇ ਬਾਅਦ, ਕਾਫੀ ਹੁਸੈਨ ਬਾਦਸ਼ਾਹ ਦੇ ਆਖਿਰ ਮੈਂਬਰ ਤੇ ਮੌਜੂਦ ਹਨ। ਫਕਤ ਇੱਕ ਜੁਮਲਾ ਮਾਤਮ ਦਾ, ਸ਼ਾਮ ਹੋ ਗਈ ਤੇਰੀ ਅੱਖ ਜਾਣੇ ਮੁਸਾਫਰੇ ਸ਼ਾਮ ਦੀ ਮੋਹਰ ਜਾਣੇ। ਮੈਂ ਡਿਜ਼ਾਕਰੀ ਦੇ ਵਿੱਚੋਂ ਮੁਕਤਸਰ ਤੋਂ ਮੁਕਤਸਰ ਜੁਮਲਾ, ਇੱਕ ਜੁਮਲਾ ਲਜਪਾਲੀ ਦਾ, ਜੋ ਮਦੀਨੇ ਵਾਲੇ ਲਜਪਾਲ ਕਿਤਨੇ ਹਨ, ਹੋਰ ਦਰਿਆ ਤੋਂ ਪਾਣੀ ਭਰੇ, ਜੋ ਦਰਿਆ ਦੇ ਕਤਰੇ ਕਤਰੇ ਚ ਆਵਾਜ਼ ਹੈ, ਪਾਣੀ ਜੋ ਭਰੇ ਨੇ, ਪਾਣੀ ਕੋਈ ਤੇਰੀ ਮਾਂ ਦੀ ਮਲਕੀਅਤ ਨਹੀਂ। ਬਲਾ ਹੋਣੇ ਜੀ, ਬਲਾ ਹੋਣੇ, ਹੋਰ ਦੋ ਕਦਮ ਪਿੱਛਾ ਹਟੇ, ਕੌਣ ਮੈਂ ਕੋ ਪਾਣੀ ਤੋਂ ਹਟਕਣ ਵਾਲਾ। ਇੱਕ ਬੁੱਢੀ ਕੂਕੇ ਆਦੀ ਉਹਦੀ ਮਾਂ ਹਾਂ, ਜਿਹਦੀਆਂ ਧੀਆਂ ਤੇ ਬਹਿਣੀ ਤਸੀਆਂ ਬੈਠੀਆਂ, ਕਰਵੜ ਕਰਵੜ ਜਨ ਨਸੀਬੋ ਏ ਮੇਰੇ ਵਾਲੇ ਸ਼ਹੀਦ ਆਸ਼ਿਕ ਹੁਸੈਨ ਸ਼ਾਹ ਲੋਟਿਆਲੇ ਨੂੰ। ਉਹ ਪੜਦੇ ਰਾਮੇ ਹੋਰ ਅਦਬ ਦਾ ਸਰ ਚੁਕਾਏ, ਬੇਜਾਂ ਅੱਖਾਂ ਬੰਦ ਕੀਤੇ ਨੇ, ਹੱਥ ਬੰਨ ਕੇ ਦਿਖਾਣੇ ਮੇਰੀ ਸੈਣ, ਮੈਂ ਮਾਫ਼ੀ ਮੰਗਣ ਤੇ ਤਿਆਰ ਹਾਂ, ਮੇਰੀਆਂ ਗਲਤੀਆਂ ਢੇਰ ਹਨ ਬੀਬੀ ਆਦੀ, ਜਿਤਨੀਆਂ ਤੇਰੀਆਂ ਗਲਤੀਆਂ ਉੱਥੋਂ ਵੱਧ ਕੇ ਉਹ ਲਜਪਾ ਲੇ। ਬਲੋ ਹੋਰ ਆਪਣੇ ਖੇਮ ਵਾਲੇ ਪਾਸੇ ਟੁਰੇ ਤੇ ਆਦ ਆਈ, ਉਹ ਕੁਝ ਆਉਂਦੇ ਹੋਰ ਕਿਆ ਕਿਤੋ ਹੋਈ, ਕਿਉਂ ਦੋਈ ਤੂੰ ਨਾਣਿਆ, ਇਹਦੇ ਸ਼ਰੀਫ ਦੀਆਂ ਧੀਆਂ ਭੈਣੀ ਜੰਗਲੇ ਨਾ ਲੁੱਲ ਲੈਂਦਾ। ਚਾਚਾ ਸਾਈਂ ਹੋਰ ਆਪਣੇ ਖੇਮਾਂ ਦੇ ਕਰੀਬ ਆਏ, ਹੋਰ ਦੀ 4 ਸਾਲਾਂ ਦੀ ਧੀਏ, ਬਾਬੇ ਹੋਣੀ ਪੜ੍ਹਦੇ ਰਹਿੰਦੇ ਨੇ ਫੱਟਾ ਹੋਇਆ ਖੇਮੇ, ਕਹਿ ਪਾਸੇ ਮੂੰਹ ਕਰਕੇ ਆਦੀ ਬੈਠੀਏ, ਪਾਣੀ ਹੈ ਪਹੁੰਚਾ ਨਾ ਸਕਦੀ, ਪਾਣੀ ਹੈ ਪਹੁੰਚਾ ਨਾ ਸਕਦੀ, ਪਿਓ ਕੋ ਅੰਦਰ ਇੱਥੇ ਅੱਖਾਂ ਸਾਫ ਕੀਤੇ ਨੇ, ਹੋਰ ਧੀ ਦੇ ਕਰੀਬ ਹੈ, ਲਫ਼ਜ਼ ਲਫ਼ਜ਼ ਦੀ ਕਦਰ ਕੀਤੀ ਨੇ, ਸ਼ਾਮਿਲ ਹੈ ਲਫ਼ਜ਼ ਦੀ ਕਦਰ ਜ਼ਰੂਰ ਕਰੇ, ਸਾਰੇ ਦੀ ਜ਼ਿਕਰ ਪਾਕ ਸੁਣਦਾ ਰਹੇ। ਬਾਬਾ ਜੀ ਹੋਰ ਧੀ ਦੇ ਕਰੀਬ ਆ ਕੇ ਧੀ ਦਾ ਮੂੰਹ ਚੁੰਮ ਕੇ ਆਦੇ, ਮੇਰੀ ਧੀ ਕਿਉਂ ਰੋਣੀ, ਧੀ ਪਿਓ ਵਾਲੇ ਪਾਸੇ ਦੇਖ ਕੇ ਆਦੀ, ਮੈਂ ਕਿਉਂ ਰੋਵਾਂ, ਰੋਵੇਂ ਤਾਂ ਉਹ ਰੋਵੇਂ ਜਿਨ੍ਹਾਂ ਦਾ ਪਾਣੀ ਬੰਦੇ। ਵਾਹ ਇਹਦਾ ਨਾਮ ਮਜਲਿਸ ਹੁਸੈਨ ਜਵਾਨੀ ਜਵਾਨੀ, ਮੈਂ ਕਿਉਂ ਰੋਵਾਂ, ਰੋਵੇਂ ਤਾਂ ਉਹ ਰੋਵੇਂ ਜਿੰਨਾ ਕਿਤੇ ਇਤਨੀਆਂ ਫੌਜਾਂ ਇਕੱਠੀਆਂ ਥੀਆਂ ਪੈਣ, ਹੋਰਾਂ ਦੇ ਕੌਣ ਆਦੀ, ਬਾਬਾ ਕੋਈ ਨਹੀਂ, ਹੋਰਾਂ ਦੇ ਤੇ ਕੋ ਕਸਮ ਚਾ ਦੇਵਾਂ ਮਤ ਦੱਸੇ ਸੇ, ਹੋਰ ਦੀਦੀ ਆਦੀ ਹਾ ਬਾਬਾ ਦੱਸੇ ਸਾਂ, ਹੋਰਾਂ ਦੇ ਉਹ ਕਾਲੇ ਖੇਮੇ ਡਿੱਠੇ ਨਹੀਂ ਆਦੀ ਬਾਬਾ, ਜਿਵੇਂ ਮੈਂ ਡਿੱਠੇ ਨਹੀਂ ਮੈਂ ਕਹਿਣ ਡਿੱਠੇ, ਹੋਰਾਂ ਦੇ ਜਿਹੜਾ ਉਹ ਸਾਹਮਣੇ ਜਵਾਨ ਕੁਰਸੀ ਤੇ ਬੈਠੇ ਡਿੱਠਾ ਹੀ ਆਦੀ ਬਾਬਾ, ਜਿਵੇਂ ਮੈਂ ਜ਼ਿਆਰਤ ਕੀਤੀ ਮੈਂ ਕਹਿਣ ਨੇ ਕੀਤੀ, ਕਦਰਦਾਨ ਇਲਾਕੇ ਦੇ ਲੋਕ ਹੋਰ ਆਦੇ, ਮੈਂ ਕੋ ਮਦੀਨੇ ਵਾਲੇ ਇਮਾਮ ਹੁਸੈਨ ਦੀ ਕਸਮ ਹੈ ਕੁਝ ਨਾਕ ਸਾਂ, ਹੋਰ ਦੀਦੀ ਮਿੱਟੀ ਤੁੱਠੀ ਕੇ ਪਿਓ ਦੇ ਕੋ ਹੱਥ ਬੰਨ ਗਿਆ ਦੀ, ਸਮਝ ਨਹੀਂ ਆਉਂਦੀ, ਕਸਮ ਹੈ ਉਹਨਾਂ ਜਚੈਂਦੇ ਉਹ ਕਤਲ ਦੀ ਮੰਤੇ ਉਹਨਾਂ ਦੀ। ਵਾਹ ਬਾਈ ਵਾਹ, ਵਾਹ ਬਾਈ ਵਾਹ, ਅੱਲਾ ਰਾਜ਼ੀ ਹੋਣ, ਭਲਾ ਹੋਈ ਭਲਾ ਹੋਈ ਭਲਾ ਹੋਈ, ਆਏ ਕਰ ਕਰੋ ਬਿਲਕੁਲ ਵੈਣ ਦੇ ਕਰੀਬ ਆਵਣ ਵਾਲਾ, ਇੱਜ਼ਤ ਰਵੀਰ ਨੂੰ ਮੈਂਬਰ ਦੇਵਣ ਵਾਲਾ। ਅੱਛਾ ਬਾਬਾ ਕਸਮ ਚਾਹੀ ਦੱਸੈਂਦੀਆਂ ਮਨਾ ਦੀ ਥਈਏ ਐਲਾਨ ਥਾਏ ਖਾਨ ਸਾਹਿਬ, ਹਰ ਅਮੀਰ ਦੀ ਲੜਕੀ ਦਰਿਆ ਤੇ ਵੰਨੇ ਵੰਨ ਕੇ ਖੁਸ਼ੀ ਮਨਾਵੇ, ਉਹ ਐਲਾਨ ਸੁਣੇ ਮੈਂ ਮਾਂ ਦੇ ਕੋਲ ਗਈਆਂ, ਮੈਂ ਆਖਿਆ ਅੰਮਾ ਅੱਜ ਖੁਸ਼ੀ ਦਰੀਏ ਦਰਿਆ ਤੇ ਵੰਨਣੇ, ਮੇਰੀ ਮਾਂ ਮੇਰੇ ਡੇਖ ਕੇ ਰੋਵਣ ਲੱਗ ਗਈ ਹੈ, ਮੈਂ ਆਖਿਆ ਅੰਮਾ ਰੋਂਦੀ ਕਿਉਂ ਆ ਦੀ, ਮੇਰੀ ਧੀ ਮੈਂ ਇਕੱਲੀ ਨਾ ਰੋਂਦੀ, ਹੁਸੈਨ ਦੀ ਮਾਂ ਦੇ ਵਹਿਣ ਪਏ ਆਨਣ, ਅੰਮਾ ਦਰਿਆ ਤੇ ਨਹੀਂ ਵਹਿਣਾ, ਨਹੀਂ ਮੇਰੀ ਧੀ ਦਰਿਆ ਤੇ ਵਹਿਣੇ, ਮੇਰੀ ਗੱਲ ਸੁਣ, ਅਗਰ ਮੈਂ ਵੰਜਾ ਦਰਿਆ ਤੇ ਤਾਂ ਹੁਸੈਨ ਦੀ ਮਾਂ ਨਾਰਾਜ਼, ਤੂੰ ਖੜੇ ਘਰ ਤੇਰਾ ਪਿਓ ਨਾਰਾਜ਼, ਤੂੰ ਵੰਜ ਦਰਿਆ ਤੇ ਮੈਂ ਖੜਦਿਆਂ ਘਰ,
ਤੂੰ ਪਿਓ ਦੀ ਮਨ, ਮੈਂ ਹੁਸੈਨ ਦੀ ਮਾਂ ਦੀ ਮਨੇ ਵੀ। ਚਾਚਾ ਸਾਈ ਸਾਰੀ ਜ਼ਿੰਦਗੀ ਮੇਰੇ ਬਾਬੇ ਨੂੰ ਸੁਣੇ ਨੇ, ਉਹਨਾਂ ਨਾ ਕਰੇ ਸਖ਼ਤ ਪੜ੍ਹਾਈ, ਨਾ ਕਰੇ ਸਹੀ ਆਜ਼ਾਦੀਆਂ ਦਾ ਨਾਂ ਚਾਹੀ, ਨਾ ਮੇਰੀ ਇਤਨੀ ਔਕਾਤ ਤੇ, ਨਾ ਮੇਰੀ ਇਤਨੀ ਜੁਰਤ ਤੇ ਜੋ ਮੈਂ ਉਹਨਾਂ ਦਾ ਨਾਂ ਮਿੰਬਰ ਤੇ ਚਾਹਵਾਂ ਜਿਨ੍ਹਾਂ ਦਾ ਗਾਜ਼ੀ ਨੌਕਰ ਸਰਵੇਂਦਾ। ਅਦਬ ਦੀ ਧਰਤੀ ਏ, ਅਦਬ ਵਿੱਚ ਇੱਕ ਲਫ਼ਜ਼ ਆਦਾਂ ਤੇ ਵਹਿਣ ਸ਼ੁਰੂ ਕਰਨ ਲੱਗਾ। ਆਦੀ ਬਾਬਾ ਮੈਂ ਦਰਿਆ ਤੇ ਗਈਆਂ, ਮੈਂ ਦਰਿਆ ਕਮਾਂਦਾ ਰਿੱਛੇ, ਬਾਬਾ ਜੀ ਅਜੇ ਜ਼ੁਲਮ ਦੀ ਅੰਧਾਰੀ ਏ, ਸਾ ਕੁਰਾ ਭੁੱਲ ਗਏ। ਬਾਬਾ ਜੀ ਨਾ ਕੋ ਤੂੰ ਦੁਸ਼ਮਣ ਨਹੀਂ ਆਦਾ, ਸੈਯਦਾ ਦਾ ਲਫ਼ਜ਼ ਆਦਾਂ, ਨਾ ਮੈਂ ਭੁੱਲਾਂ, ਨਾ ਮੈਂ ਥੱਕਾਂ, ਇੱਕ ਦਫ਼ਾ ਲਫ਼ਜ਼ ਵੱਧ ਆਦਾਂ, ਜਿੰਨਾ ਕੋ ਬਾਬਾ ਤੂੰ ਦੁਸ਼ਮਣ ਨਹੀਂ ਆਦਾ, ਬਾਬਾ ਜਿੰਨਾ ਕੋ ਤੂੰ ਮੇਰੇ ਨਾਲ ਬੋਲੋ, ਬਾਬਾ ਜਿੰਨਾ ਕੋ ਤੂੰ ਦੁਸ਼ਮਣ ਨਹੀਂ ਆਦਾ। ਨਿੱਕੇ ਨਿੱਕੇ ਹੱਥ ਬੰਨ ਕੇ ਦੀ, ਬਾਬਾ ਬਾਬਾ ਮੈਂ ਕਸਮ ਚਾ ਦੇਣੀਆਂ, ਇਹਨਾਂ ਦਾ ਜ਼ਮਾਨਾ ਦੁਸ਼ਮਣ ਹੈ, ਇਹ ਕਹਿੰਦੇ ਦੁਸ਼ਮਣ ਨੇ ਬਲਾਉਂਗੇ ਜੀ। ਬਾਬਾ ਮੈਂ ਇਹਨਾਂ ਦੇ ਖੇਮਤ ਨਾਲ ਗੁਜ਼ਰੀਆਂ, ਬਾਬਾ ਜਿਹੜਾ ਉਹ ਸਾਹਮਣੇ ਜਵਾਨ ਖੜੋਤੇ ਦਾ ਨਾਂ ਅਬਾਸ ਏ, ਇਹ ਜਵਾਨ ਮੇਰੇ ਇਸ਼ਾਰਾ ਕੀਤੇ, ਮੈਂ ਬਾਨੀ ਦੇ ਮੂੰਹ ਰੁੱਠੇ, ਬਾਨੀ ਆਦਿ ਜੁਲਤ ਸਹੀ, ਦੇਖਣ ਕਿਤਨੇ ਲਜਪਾਲ ਨੇ ਆਦਿ। ਬਾਬਾ ਮੈਂ ਤੁਰ ਪਈ ਹਾਂ, ਤੋਣੀ ਜੋ ਸੋਹਣਾ ਜਵਾਨ ਆ, ਮਿੱਟੀ ਤੇ ਬਹਿ ਕੇ ਆਦਿ ਗੱਲ ਲਾ ਤੇ ਦੱਸਾਂ, ਬਾਬਾ ਜਣ ਚੌਖੇ ਤੋਂ ਨਹੀਂ ਗੁਜ਼ਰੇ ਸੀ ਆ। ਮੈਂ ਕਿ ਸਰਦਾਰ ਹੁਕਮ ਕਿਉਂ ਸੜੀਏ, ਇਹੋ ਲਫ਼ਜ਼ ਤੇ ਵਹਿਣ ਸ਼ੁਰੂ। ਮੈਂ ਕਿ ਸਰਦਾਰ ਹੁਕਮ ਕਿਉਂ ਸੜੀਏ, ਆਦਿ ਬਾਬਾ ਮੇਰੇ ਗੱਲ ਚ ਬਾਂਹ ਪਾ ਕੇ ਆਦੇ, ਮੈਂ ਨਹੀਂ ਸੜੀਆ, ਸ਼ਰੀਫ ਦੀਆਂ ਸ਼ਰੀਫ ਬਹਿਣ ਹੀ ਸੜੀਆ। ਬਲਾਉਣੇ ਜੀ, ਬਲਾਉਣੇ ਜੀ, ਬਲਾਉਣੇ। ਬੰਦਰਾਂ ਕੋ ਮੇਰੇ ਕੋਲੋਂ ਆਪਣੇ ਕੋਲੋਂ ਫੋੜੀ ਆਈ, ਹਾਜੀ ਸਾਹਿਬ ਹੋਣੀ ਪੜੇ ਨੇ, ਪੂਰੇ ਮੁਲਕ ਦੇ ਜ਼ਾਕਿਰ ਹੈ, ਇੱਥੇ ਵੀ ਹਾਜ਼ਰੀ ਜ਼ਰੂਰੀ ਆਈ। ਕੋਸ਼ਿਸ਼ ਕਰਿਆ ਨਾ ਮੈਂ ਇੱਕ ਬਾਬਾ ਜੀ ਵਹਿਣ ਪੜ ਗਏ ਨਾ, ਮੈਂ ਨਹੀਂ ਸੜੀਆ, ਸ਼ਰੀਫ ਦੀਆਂ ਸ਼ਰੀਫ ਭੈਣ ਸੜੀਆ। ਆਦੇ ਬਾਬਾ ਮੈਂ ਤੁਰ ਪਈਆਂ, ਆਦੇ ਬਾਬਾ ਮੈਂ ਤੁਰ ਪਈਆਂ, ਲਜ ਬੇਨਿਆਦ ਅਮੀਰ ਗਰੀਬ ਦੀ ਵੇਂਦਨ, ਗਰੀਬ ਅਮੀਰ ਦੀ ਵੇਂਦਨ, ਜਨ ਪਹੁੰਚੀਆਂ ਜਿੱਤ ਜਿੱਤ ਪਰਦਾਦਾਰ, ਮਿੱਟੀ ਤੇ ਬੈਠੇ ਸਾਰੇ ਉੱਠੀ ਵੱਲ ਗਏ, ਕੋਈ ਆਦੇ ਹੋਰ ਬਿਰਾ ਦੀਦੀ ਮੇਰਾ ਸਲਾਮ ਹੋਈ, ਕੋਈ ਆਦੇ ਮਾਮੇ ਦੀਦੀ ਮੇਰਾ ਸਲਾਮ ਹੋਈ, ਜਿਹੜੇ ਮੋਮੇ ਦੀ ਮਿਹਨਤ ਕੀਤੀ ਕੋਈ ਨਹੀਂ ਕਰ ਸੰਗਾ ਦੇ ਬਾਬਾ ਮੈਂ ਦਿੱਤਾ ਮੇਰੇ ਸਾਹਮਣੇ ਪਰਦਾਦਾਰ, ਜਿਹੜੇ ਖੈਮਾਂ ਦੀ ਟੇਕ ਲਾ ਕੇ ਦੋ ਹੱਥ ਮੱਥੇ ਤੇ ਰੱਖ ਕੇ ਦੇ, ਮਾਮੇ ਦੀਦੀ ਸਾਡਾ ਸਲਾਮ ਹੋਈ, ਸਾਡਾ ਬਾਬਾ ਕੂਫੇ ਮਾਰਾ ਗਏ। ਵਾਹ 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 ਨੌਕਰ ਜ਼ਿੰਦਗੀ 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 ਓਏ ਭਲਾ ਉਹਨੇ ਬਾਈ ਜਾਨ ਥੋੜਾ ਮਹਿਕਦਾ ਆਵਾਜ਼। ਆਦੇ ਬਾਬਾ ਮੈਂ ਸਲਾਮ ਵਲਾਏ, ਇੱਕ ਬੀਬੀ ਏ ਜੇ ਚਾਦਰ ਵਿੱਚ ਆਦੇ ਮਿੱਟੀ ਤੇ ਨਭਾਏ, ਤੂੰ ਚਾਦਰ ਤੇ ਬਹਿ ਵਾਂ, ਤੂੰ ਅਮੀਰ ਦੀਦੀ ਮੈਂ ਗਰੀਬ ਦੀ ਭੇਡ, ਬੀਬੀ ਆਦੇ ਮਦੀਨੇ ਆਵਿਆ ਪਲੰਗ ਵਿਛਈਆ ਕਲੀਨਾ ਵਿਛਈਆ, ਬੀਬੀ ਆਦੇ ਨਰਾਜ ਲਤੀ ਵੇ ਜੀਵ ਚੱਲੇ ਬਿਰਾਦਰ ਲੈ ਜਗਲੇ ਵਧੀ ਰੁਲਦੀਆ। ਸ਼ਾਬਾਸ਼ 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 ਸ਼ਾਬਾਸ਼, ਬਲਾਓ ਬਲਾਓ ਬਲਾਓ। ਆਦੇ ਬਾਬਾ ਮੈਂ ਦੋ ਕਦਮ ਪਿੱਛਾ ਹਟੀ, ਮੈਂ ਕਿ ਮੇਰੀ ਸੈਣ ਮੈਂ ਚਾਦਰ ਤੇ ਨਾ ਬਾਂਦੀ, ਬੀਬੀ ਆਦੇ ਚਾਦਰ ਤੇ ਨਾ ਬਾਂਦੀ, ਤਾਂ ਵਤੇ ਕੋ ਆਪਣੀ ਝੋਲੀ ਚ ਬਿਲਾਵਾਂ, ਹਰ ਜ਼ਾਕਿਰ ਕੋ ਸਹੀ ਹੋ ਜੇ ਲਫ਼ਜ਼ ਅਦਾ ਕਰੇ ਲੈ ਬਾਬਾ ਜੀ, ਜਿਹੜਾ ਉਹਦੀ ਪਹਿਚਾਣ ਬਣਦੇ, ਅਗਲੀ ਸੱਦਰ ਤੇ ਮੈਂ ਲਾਹੌਰ ਦੀ ਮਲਕਾ ਤੂੰ ਬਹਿ ਕੇ ਮੋਹਰ ਲਵਾਈਏ, ਜੇ ਮੈਂ ਸਮਝਾ ਕੇ ਪੜ ਗਈ ਤਾਂ ਆਦੀ ਬਾਬਾ ਉਹ ਆਖਿਆ ਤੇ ਕੋਈ ਝੋਲੀ ਚ ਬਿਲਾਵਾ, ਮੈਂ ਕਿ ਮੇਰੀ ਸਹਿਣ ਮੈਂ ਤੇਰੀ ਝੋਲੀ ਚ ਨਾ ਬਾਂਦੀ, ਆਦੀ ਬਾਬਾ ਮੇਰੇ ਗੱਲ ਚ ਬਾਂਹ ਪਾ ਕੇ ਦੇ ਕੁਆਮ ਝੋਲੀ ਨਾ ਸਮਝੇ, ਨਾ ਵੇਖ ਲਈ ਝੋਲੀ ਮੇਰੇ ਅੱਖ ਭਰਦੀ ਹੈ, ਬੀਬੀ ਆਦੇ ਦਾਤ ਮੁਹੰਮਦ ਮੈਂ ਕਦੇ ਨੈਣ ਮਿਲਾਏ, ਇੱਦਾਂ ਦਾ ਮੇਰਾ ਅਖਬਾਰ ਬਾਂਦਾ। ਸ਼ਾਬਾਸ਼ ਸ਼ਾਬਾਸ਼, ਨੌਕਰ 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 ਨੌਕਰ, ਸ਼ਾਬਾਸ਼ ਸ਼ਾਬਾਸ਼, ਮਿਲ ਗਿਆ ਹਿੱਸਾ। ਹੁਸੈਨ ਦੇ ਜ਼ਾਕਰਾਂ ਤੂੰ ਚਾਹ ਕੇ ਹੁਸੈਨ ਦੇ ਅਜ਼ਾਦਾਰਾਂ ਦੁਆ ਕਰ ਛੋੜੀ,
ਇੰਦਨਾ ਮਜਲਿਸੇ ਹੁਸੈਨ ਆਦੇ ਬਾਬਾ ਮੈਂ ਝੋਲੀ ਚ ਬੈਠੀ ਬਾਬਾ ਮੇਰਾ ਜਿਸਮ ਕੰਬਦਾ ਈ ਬਾਬਾ ਬੀਬੀ ਦਾ ਇਤਨਾ ਖੌਫ ਆਈ ਇਤਨਾ ਰੋ ਪਈ ਰੋਬ ਦੀ ਵਜ੍ਹਾ ਤੋਂ ਮੇਰਾ ਜਿਸਮ ਕੰਬਦਾ ਮੈਂ ਕੰਬਦਿਆ ਕਦਮਾਂ ਤੇ ਰਹਿ ਕੇ ਆਖੇ ਬੀਬੀ ਮੈਨੂੰ ਦੇਰ ਤੇ ਨਵਾਓ ਮਤਾ ਮੇਰੇ ਤੇ ਬਾਬਾ ਨਾਰਾਜ਼ ਦੀਵੇ ਅਜੇ ਬਾਬਾ ਮੇਰਾ ਆਖਰਾ ਮੇਰੇ ਤੇ ਮੌਤ ਆ ਵਜਿਆ ਮੈਂ ਮੰਜ਼ਰ ਦੇਖਾਂ ਬਾਬਾ ਮੈਂ ਜਿੱਥੇ ਕੋਈ ਬੀਬੀ ਹੱਥਾਂ ਦੇ ਜ਼ੇਵਰ ਲਾਉਣ ਲੱਗ ਅਜੇ ਬਾਬਾ ਕੋਈ ਬੀਬੀ ਕੰਨਾਂ ਦੇ ਜ਼ੇਵਰ ਲਾਉਣ ਲੱਗ ਅਜੇ ਬਾਬਾ ਮੈਂ ਜਿੱਥੇ ਮੇਰੇ ਸਾਹਮਣੇ ਪਰਦਾਦਾਰ ਹੈ ਜਿਹੜੀ ਖੈਮਾ ਦੀ ਟੇਕ ਲਾ ਕੇ ਆਪਣੇ ਕੱਲੇ ਚੋਂ ਦੂਰ ਬੈਠੀ ਲੈ ਬੜੀ ਕਬੂਲ ਮਜਲਿਸ ਲਾਹੌਰ ਦੀ ਮਲਕਾ ਹਰ ਜ਼ਾਕਿਰ ਕੋ ਹਿੱਸਾ ਦਿੱਤੇ ਭਲਾ ਹੋਈ ਅੱਛਾ ਬਾਈ ਇਹ ਜ਼ਿਲ੍ਹਾ ਜੰਗ ਮੈਂ ਜਾਣਦਾ ਤੁਸਾਂ ਸਾਥ ਕਦੇ ਨਹੀਂ ਸੁਣਾ ਮੈਂ ਪੜਾਂਦਾ ਦੀ ਕੋਈ ਨਾ ਬਈ ਜਾਨ ਤੂੰ ਸਵਾਲ ਨਾ ਕਰੇਂਦਾ ਮੈਂ ਅਗਲੇ 70 ਆਖੂ ਕੋਈ ਨਾ ਵੀ ਅਗਰ ਅਦਬ ਪਸੰਦ ਕਰੇ ਨੇ ਤਾਂ ਚਾਚਾ ਸਹੀ ਤੋਂ ਵੱਡਾ ਜ਼ਾਕਰੀ ਮੇਰੀ ਅਦਬ ਦਾ ਲਾਉਂਦ ਵੀ ਕੋਈ ਨਹੀਂ ਆਦੇ ਬਾਬਾ ਮੈਂ ਹੱਥ ਬੰਨ ਕੇ ਆਖੇ ਮੇਰੀ ਸਹਿ ਮੈਂ ਕਹੇ ਤੂੰ ਕੋਈ ਸਹਿ ਨਾ ਗਿੰਦੀ ਆਦੇ ਬਾਬਾ 4 ਸਾਲਾਂ ਦੀ ਬੱਚੀ ਮੇਰੇ ਗੱਲ ਚ ਮਾਂ ਪਾ ਕੇ ਆ ਜੇ ਤੂੰ ਜੋ ਨਹੀਂ ਗਿਣਦੀ ਸ਼ਾਮੇ ਗਰੀਬਾ ਕੋਈ ਤਾਂ ਗਿਣਵੇ ਸੀ ਬੀਬੀ ਆ ਜੇ ਤੂੰ ਜੋ ਨਹੀਂ ਗਿਣਦੀ ਸ਼ਾਮੇ ਗਰੀਬਾ ਅਖਬਾਰ ਦੇ ਖਾਣੀ ਤਾਂ ਗਿਣਵੇ ਵਾਹ ਵਾਹ ਕਿਆ ਬਾਤ ਯਾਰ ਕਿਆ ਬਾਤ ਯਾਰ ਕਿਆ ਬਾਤ ਯਾਰ ਜੀ 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 ਨੌਕਰਾਂ ਜੀ ਜੀ ਨੌਕਰਾਂ ਬਸ ਮੈਂ ਇੱਥੇ ਛੋੜ ਦੇਵਾ ਬਾਬਾ ਜੀ ਹਾਜੀ ਸਾਹਿਬ ਮੈਂ ਕੋਈ ਹਿੱਸਾ ਲਾਹੌਰ ਦੀ ਮਲਕਾ ਦੇ ਦਿੱਤਾ ਜੀ ਤੁਹਾਡੇ ਰੋਂਦੀਆਂ ਮੈਂ ਅੱਖਾਂ ਦੀ ਕਸਮ ਹੈ ਤੁਹਾਡੇ ਮਾਤਮਲੇ ਹੱਥ ਦੀ ਕਸਮ ਹੈ ਜਲਸਾਂ ਦੀ ਰੌਣਕ ਹੈ ਦਰਜਾਤ ਬੁਲੰਦ ਹੋਵੇ ਮੇਰੇ ਚਾਚੇ ਮੁਖਤਿਆਰ ਹੁਸੈਨ ਖੋਖਰ ਦੇ ਉਹ ਟੁਰ ਗਏ ਮੌਲਾ ਉਹਦੇ ਬੱਚਿਆਂ ਦੀ ਜ਼ਿੰਦਗੀ ਦਰਾਜ਼ ਕਰੇ ਤੁਹਾਡੇ ਰੋਂਦੀਆਂ ਅੱਖਾਂ ਕੋ ਦੇਖ ਕੇ ਚਲੋ ਉਹਨਾਂ ਇੱਕ ਇੱਥੇ ਹੀ ਵਹਿਣ ਉਹ ਪੜਦੇ ਰਹਿੰਦੇ ਹਨ ਅਗਰ ਇਜਾਜ਼ਤ ਹੋਵੇ ਤਾਂ ਉਹਨਾਂ ਦਾ ਵਹਿਣ ਸੁਣਾਈ ਵਜਾਂ ਜਿੱਤਰੇ ਮੰਦੇ ਮਾਤਮ ਕਰਕੇ ਰੋਂਦੇ ਪਏ ਹੋਰ ਦੀਦੀ ਆਦੀ ਬਾਬਾ ਮੈਂ ਮਰ ਵਜਾਂ ਮੈਂ ਮੰਜ਼ਰ ਨਾ ਦੇਖਾਂ ਹੋਰ ਆਦੇ ਕਿਆ ਮੰਜ਼ਰ ਦੇਖੀ ਹੋਰ ਦੀਦੀ ਇੱਕ ਵਹਿਣ ਕਿਤੇ ਵਹਿਣ ਸੁਣਾਈ ਵਜਾਂ ਰੋ ਕੇ ਆਦੀ ਖੜੀਏ ਹੀ ਮੇਰੇ ਸਨ ਦੀ ਬੀਬੀ ਹਈ ਜੈ ਰੋ ਕੇ ਮੈਂ ਕੁਰੂ ਆਇਆ ਮੈਂ ਕੁ ਵਖਰੇ ਖੇਮੇ ਘਿਰ ਗਈ ਹਈਆ ਹੀ ਕੋ ਪਿੰਘਾਣ ਦਿਖਾਇਆ ਵਾਹ ਭਾਈ ਵਾਹ ਇਹ ਬੜੀਆ ਕਰਬਲਾ ਇਹ ਬੜੀਆ ਕਰਬਲਾ ਜੈ ਕੋ ਲਹਤ ਮਾਤਾ ਵਾਸਤੇ ਚਾਦਰ ਦਲਾਰ ਹਟਾਏ ਛੀਆ ਮਹੀਨਾ ਦਾ ਬੱਚਾ ਸੁਤਾ ਪਿਆ ਫਿਰਾ ਦਮੋ ਚੁਮਕਿਆ ਦੀ ਖੜੀ ਚਾਚੇ ਦੀ ਧੀ ਮਗ ਫਾੜੀ ਜੀ ਅੱਛਾ ਆਖਰੀ ਵੇਣ ਮੈਂ ਛੋੜੀ ਵੇਣ ਜਿਤਰੇ ਬੰਦੇ ਮਾਤਮ ਕਰ ਕਰਾਉਂਦੇ ਪਏ ਹੋ ਹੁਸੈਨ ਦੀ ਧੀ ਪਈ ਆ ਦਿਆ ਵੀ ਆ ਉਹ ਤੁਹਾਡੇ ਨਜ਼ਰਾਂ ਵਿੱਚ ਅਸਾਂ ਬਾਗੀ ਸਹੀ ਆ ਕਿਹੜਾ ਜੁਰਮ ਹੈ ਮੇਰੇ ਅਸਰਾਰ ਦਾ ਉਹ ਤੁਹਾਡੇ ਨਜ਼ਰਾਂ ਵਿੱਚ ਅਸਾਂ ਬਾਗੀ